ਇੰਨੀ ਗਰਮੀ ਰਹੀ ਹੈ ਕਿ ਏਸੀ ਵੀ ਕੰਮ ਨਹੀਂ ਸੀ ਕਰਦੇ ਤੇ ਹੁਣ ਇੰਨੀ ਠੰਡੀ ਹਵਾ ਚੱਲ ਗਈ। ਇੱਕ ਹਜ਼ੂਰ ਦਾ ਮਿਲਾਦ ਹੈ, ਦੂਸਰਾ ਹਜ਼ੂਰ ਦੇ ਆਸ਼ਕਾਂ ਦੀ ਜ਼ਿਆਰਤ ਕਰ ਰਹੇ ਹੋ। ਕੈਸਾ ਮੌਸਮ ਬਣ ਗਿਆ, ਕਿਤਨਾ ਪਿਆਰਾ ਮੌਸਮ ਬਣ ਗਿਆ, ਹਜ਼ੂਰ ਦੇ ਜ਼ਿਕਰ ਦੀ ਬਰਕਤ ਵੇਖੋ। ਤੇ ਹੁਣ ਵੀ ਤੁਸੀਂ ਨਾ ਬੋਲੋ ਤੇ ਫਿਰ ਤੁਹਾਡੀ ਮਰਜ਼ੀ ਹੈ। ਨਾਰਾਏ ਤਕਬੀਰ, ਜਿਹੜਾ ਬੰਦਾ ਹੱਥ ਚੁੱਕ ਸਕਦਾ ਹੈ ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਰਿਸਾਲਤ, ਨਾਰਾਏ ਤਹਕੀਕ, ਨਾਰਾਏ ਹੈਦਰੀ, ਨਾਰਾਏ ਗੌਸੀਆ, ਅੱਲਾ ਮੁਹੰਮਦ ਚਾਰ ਯਾਰ, ਹਾਜੀ ਖਵਾਜਾ ਕੁਤਬ ਫਰੀਦ, ਹੱਕ ਫਰੀਦ, ਹੱਕ ਫਰੀਦ, ਆਸਥਾਨਾ ਆਲੀਆ ਫਰੀਦਪੁਰ ਸ਼ਰੀਫ, ਤਬੀਬ ਅਲ ਕਲੂਬ ਹਜ਼ੂਰ ਹਜ਼ਰਤ ਖਵਾਜਾ ਪੀਰ ਸਨਾਏ ਮੁਹੰਮਦ ਚਿਸ਼ਤੀ ਸਾਹਿਬ, ਮੁਹਿੱਬੁਲ ਨਬੀ ਹਜ਼ਰਤ ਖਵਾਜਾ ਪੀਰ ਅਹਿਮਦ ਜਮਾਲ ਚਿਸ਼ਤੀ ਸਾਹਿਬ, ਨਹਮਦੁਹੁ ਵਨੁਸੱਲੀ ਅਲਾ ਰਸੂਲਿਹਿਲ ਕਰੀਮ, ਅਮਾ ਬਾਦ, ਫਾਊਜ਼ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, ਇਨਲਾਹਾ ਵਮਲਾਇਕਤਹੁ ਯੁਸੱਲੂਨਾ ਅਲਨ ਨਬੀ, ਯਾ ਅਯੁਹੱਲਜ਼ੀਨਾ ਆਮਨੂ ਸੱਲੂ ਅਲੈਹਿ ਵਸੱਲਿਮੂ ਤਸਲੀਮਾ। ਅਸਲਾਤੁ ਵਸਲਾਮੁ ਅਲੈਕਾ ਯਾ ਰਸੂਲੱਲਾਹ ਵਾਲਾ ਆਲਿਕਾ ਵਾ ਸਹਾਬਿਕਾ ਯਾ ਹਬੀਬੱਲਾਹ। ਬਾਵਾਜ਼ੇ ਬੁਲੰਦ ਜ਼ੌਕ ਸ਼ੌਕ ਨਾਲ, ਮੁਹੱਬਤ ਨਾਲ, ਇਸ ਅਕੀਦੇ ਨਾਲ ਪੜ੍ਹੋ ਕਿ ਅਸੀਂ ਦਰੂਦੋ ਸਲਾਮ ਪੜ੍ਹਨੇ ਹਾਂ, ਹਜ਼ੂਰ ਸੁਣਦੇ ਵੀ ਨੇ, ਸਾਨੂੰ ਜਾਣਦੇ ਵੀ ਨੇ ਤੇ ਪਹਿਚਾਣਦੇ ਵੀ ਨੇ। ਇਸ ਅਕੀਦੇ ਨਾਲ ਇੱਕ ਵਾਰੀ ਪੜ੍ਹੋ। ਔਰ ਵੈਸੇ ਵੀ ਬੜੀ ਮੁਹੱਬਤ ਭਰੀ ਬਾਤ ਸੁਣਾਉਣਾ ਚਾਹੁੰਦਾ ਕਿ ਜਿਨ੍ਹਾਂ ਦੇ ਦਮ ਕਦਮ ਨਾਲ ਔਰ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਇਹ ਰੌਣਕਾਂ ਲੱਗੀਆਂ ਨੇ, ਇਹ ਜੰਗਲ 'ਚ ਮੰਗਲ ਲੱਗਿਆ ਹੈ, ਉਸ ਹਸਤੀ ਦਾ ਵੀ ਫਰਮਾਨ ਹੈ ਦਰੂਦੋ ਸਲਾਮ। ਉਹ ਵੀ ਆਪਣੇ ਮੁਰੀਦਾਂ ਨੂੰ ਹੁਕਮ ਫਰਮਾਉਂਦੇ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਦਰੂਦੋ ਸਲਾਮ ਪੜ੍ਹੋ। ਇੱਕ ਵਾਰੀ ਜ਼ਰਾ ਬਾਵਾਜ਼ੇ ਬੁਲੰਦ ਪੜ੍ਹੋ, ਜਿੰਨੀਆਂ ਸ਼ਾਨਾਂ ਵਾਲਾ ਨਬੀ ਹੈ, ਜਿੰਨਾ ਉੱਚਾ ਸ਼ਾਨ ਵਾਲਾ ਨਬੀ ਹੈ, ਇੱਕ ਵਾਰੀ ਉਸ ਉੱਚੀ ਸ਼ਾਨ ਵਾਲੇ ਨਬੀ ਦੀ ਬਾਰਗਾਹ ਵਿੱਚ ਉੱਚਾ ਉੱਚਾ ਦਰੂਦੋ ਪਾਕ ਪੜ੍ਹੋ। ਅਸਲਾਤੁ ਵਸਲਾਮ ਅਲੈਕਾ ਯਾ ਰਸੂਲੱਲਾਹ ਵਾਲਾ ਆਲਿਕਾ ਵਾ ਸਹਾਬਿਕਾ ਯਾ ਹਬੀਬੱਲਾਹ। ਜਿੰਦੇ ਰਹੋ ਮਾਸ਼ਾਅੱਲਾ, ਜਿੰਨਾ ਸੋਹਣਾ ਦਰੂਦ ਪੜ੍ਹ ਰਹੇ ਹੋ, ਅੱਲਾਹ ਇਸ ਦਰੂਦ ਵਾਲੇ ਨਬੀ ਦੇ ਰੋਜ਼ੇ ਦੀ ਜ਼ਿਆਰਤ ਨਸੀਬ ਫਰਮਾਏ। ਇੱਕ ਵਾਰੀ ਫਿਰ ਪੜ੍ਹ ਲਓ, ਅਸਲਾਤੁ ਵਸਲਾਮ ਅਲੈਕਾ ਯਾ ਰਸੂਲੱਲਾਹ ਵਾਲਾ ਆਲਿਕਾ ਵਾ ਸਹਾਬਿਕਾ ਯਾ ਹਬੀਬੱਲਾਹ। ਅੱਲਾਹ ਔਰ ਉਸਕੇ ਪਿਆਰੇ ਪੜ੍ਹੇ ਦਰੂਦ, ਅੱਲਾਹ ਔਰ ਉਸਕੇ ਪਿਆਰੇ ਪੜ੍ਹੇ ਦਰੂਦ, ਫਿਰ ਕਿਉਂ ਨਾ ਮਿਲ ਕੇ ਆਸ਼ਿਕ ਸਾਰੇ ਪੜ੍ਹੇ ਦਰੂਦ। ਅੱਲਾਹ ਔਰ ਉਸਕੇ ਪਿਆਰੇ ਪੜ੍ਹੇ ਦਰੂਦ, ਫਿਰ ਕਿਉਂ ਨਾ ਮਿਲ ਕੇ ਆਸ਼ਿਕ ਸਾਰੇ ਪੜ੍ਹੇ ਦਰੂਦ। ਗੁਲਸ਼ਨ ਮੇ ਜਾ ਕੇ ਦੇਖ ਲੋ ਹਰ ਫੂਲ ਹਰ ਕਲੀ, ਗੁਲਸ਼ਨ ਮੇ ਜਾ ਕੇ ਦੇਖ ਲੋ ਹਰ ਫੂਲ ਹਰ ਕਲੀ, ਸ਼ਬਨਮ ਕੇ ਕਤਰੇ ਖੁਸ਼ਬੂ, ਨਜ਼ਾਰੇ ਪੜ੍ਹੇ ਦਰੂਦ, ਔਰ ਸੂਰਜ ਵੀ ਮੁਸਤਫਾ ਕਾ ਹੈ ਏਕ ਨਾਤ ਖਾਨ, ਯੇ ਆਸਮਾਂ ਯੇ ਚਾਂਦ ਔਰ ਤਾਰੇ ਪੜ੍ਹੇ ਦਰੂਦ। ਸੂਰਜ ਵੀ ਮੁਸਤਫਾ ਕਾ, ਸੂਰਜ ਵੀ ਮੁਸਤਫਾ ਕਾ ਹੈ ਏਕ ਨਾਤ ਖਾਨ, ਯੇ ਆਸਮਾਂ ਯੇ ਚਾਂਦ ਔਰ ਤਾਰੇ ਪੜ੍ਹੇ ਦਰੂਦ। ਖੁਸ਼ੀਆਂ ਕਰੀਬ ਹੋ ਗਮ ਦੂਰ ਹੋ ਸਭੀ, ਖੁਸ਼ੀਆਂ ਕਰੀਬ ਹੋ ਗਮ ਦੂਰ ਹੋ ਸਭੀ, ਜਬ ਵੀ ਗਮੋਂ ਮੇ ਗਮ ਕੇ ਮਾਰੇ ਪੜੇ ਦਰੂਦ। ਕੁਰਾਨ ਮੇ ਯੂ ਸਾਗਰ ਚਿਸ਼ਤੀ ਕਹੇ ਖੁਦਾ, ਈਮਾਨ ਵਾਲੇ ਮਿਲ ਕੇ ਸਾਰੇ ਪੜੇ ਦਰੂਦ। ਕੁਰਾਨ ਮੇ ਯੂ ਸਾਗਰ ਚਿਸ਼ਤੀ ਕਹੇ ਖੁਦਾ, ਕੁਰਾਨ ਮੇ ਯੂ ਸਾਗਰ ਚਿਸ਼ਤੀ ਕਹੇ ਖੁਦਾ, ਈਮਾਨ ਵਾਲੇ ਮਿਲ ਕੇ ਸਾਰੇ ਪੜੇ ਦਰੂਦ। ਕੁਰਾਨ ਮੇ ਕੈਸੇ ਖੁਦਾ ਕਹਿ ਰਿਹਾ ਕਿ ਭੇ ਕੇ ਹੰਝੂਆਂ ਨਾਲ ਹਸੀਨ ਤੋਹਫੇ, ਤੁਸੀਂ ਉਸ ਲਜਪਾਲ ਦੇ ਨਾਮ ਭੇਜੋ ਹੋ ਕਿ ਅਰਸ਼ ਤੋਂ ਉਹਦੀ ਤਾਈਦ ਆਵੇ, ਦਰਦਾਂ ਭਰਿਆ ਐਸਾ ਕਲਾਮ ਭੇਜੋ ਤੇ ਲਿਖਿਆ ਹੋਇਆ ਸਾਫ਼ ਕੁਰਾਨ ਅੰਦਰ, ਭਾਵੇਂ ਸੁਬਹ ਭੇਜੋ ਭਾਵੇਂ ਸ਼ਾਮ ਭੇਜੋ, ਅੱਲਾ ਕਹਿੰਦਾ ਹੈ ਮੇਰੇ ਹਬੀਬ ਉੱਤੇ ਤੁਸੀਂ ਖੂਬ ਦਰੂਦ ਸਲਾਮ ਭੇਜੋ। ਅੱਲਾ ਕਹਿੰਦਾ ਹੈ ਮੇਰੇ ਹਬੀਬ ਉੱਤੇ, ਅੱਲਾ ਕਹਿੰਦਾ ਹੈ ਮੇਰੇ ਹਬੀਬ ਉੱਤੇ ਤੁਸੀਂ ਖੂਬ ਦਰੂਦੋ ਸਲਾਮ ਭੇਜੋ। ਤੋ ਹਜ਼ਰਾਤੇ ਗ੍ਰਾਮੀ, ਆਓ ਅੱਜ ਦੀ ਇਸ ਦਰੂਦੋ ਸਲਾਮ ਦੀ ਅਜ਼ੀਮ ਸਾਲਾਨਾ
جس نے عید میلاد النبی صلی اللہ علیہ وآلہ وسلم دا آغاز تلاوت کلام پاک نال کرنے آ تلاوت کلام پاک لئی میں اس قاری قرآن نو دعوت قرات پیش کرنا چاہنا جڑے عظیم قاری قرآن وی نے حضور دے ثنا خان وی نے تو میں انجی کہنا چاہواں گا کہ یقیناً بہت خوبصورت تلاوت فرماندے نے اور انہاں دے بارے انج کہنا ہے کہ یقیناً او ایک کامل ولی دا مرید ہے اس قاری قرآن نو درکار ہر وقت اپنے مرشد کامل دی دید ہے اے دید کر کے ہی او کردہ اپنی عید ہے ہن آپا ٹائم نو بچانا مزید ہے تے جس قاری قرآن تو اسی سننی تلاوت قرآن مجید ہے نسبت انہاں دی فریدی ہے تے نام قاری غلام فرید زینت القراء فخر القراء نجم القراء محترم قاری غلام فرید فریدی صاحب تشریف لیا کے تلاوت کلام پاک نال اس پاک محفل دا باقاعدہ آغاز فرمان گے محترم قاری غلام فرید فریدی صاحب ایک نعرے نال استقبال کرو اللہ محمد چار یار حاجی خواجہ کتب فرید حق فرید حق فرید